ਕਹਿੰਦੇ ਨਨਕਾਣਾ ਸਾਹਿਬ ਦੀ ਧਰਤੀ ਟੋਭਾ ਟੇਕ ਸਿੰਘ ਦੀ। ਲਓ ਵੇਖੋ ਸਾਹਮਣੇ, ਇਹ ਵੀ ਕਹਿੰਦੇ ਕਮਾਲਪੁਰੀ ਹੈ। ਗੁਲਾਮ ਆਬਾਦ ਬੱਟ ਦਾ ਭਾਣਜਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਕਦੇ ਜੰਜੂਏ ਦੀਆਂ, ਕਦੇ ਅਮੀਨ ਜੱਟ ਦੀਆਂ, ਕਦੇ ਰਾਸ਼ਿਦ ਦੀਆਂ ਗੱਲਾਂ ਹੋਈਆਂ ਮੇਰੇ ਮਿੱਤਰੋ। ਪਰ ਦੂਸਰੇ ਪਾਸੇ ਹੁਣ ਵੇਖਦਾ, ਕਹਿੰਦੇ ਚੰਡੀਗੜ੍ਹ ਦੀਆਂ ਅੱਖਾਂ ਚਮਕੌਰ ਸਾਹਿਬ ਦੀਆਂ ਅੱਖਾਂ ਜਾਂ ਰੋਪੜ ਦੀਆਂ ਅੱਖਾਂ। ਕਹਿੰਦੇ ਵੀ ਰੋਪੜ ਦੇ ਜਿੰਦੇ ਮਸ਼ਹੂਰ, ਲਹਿੰਦੇ ਪੰਜਾਬ ਚ ਸਿਆਲਕੋਟ ਦੇ ਜਿੰਦੇ ਮਸ਼ਹੂਰ। ਕਾਮਯਾਬੀ ਹਾਸਲ ਕਰ ਰਹੀ ਹੈ ਮੇਜਰ ਬਰਾੜ ਦਾ, ਲੇਲੀ ਲਾਲੀ ਢੇਸੀ ਦਾ, ਤੇ ਇੰਦਰਜੀਤ ਬੁੱਟਰ ਦਾ, ਤੇ ਜੇ ਪੀ ਬੁੱਟਰ ਉਹਨਾਂ ਦਾ, ਤੇ ਸੁਰਜੀਤ ਪੱਤੜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜੇ ਡੀ ਟਰੱਕ ਸਟੋਪ ਦੇ ਸਾਡੇ ਵੀਰ ਗੁਰਮੀਤ ਧਾਲੀਵਾਲ, ਹਾਈ ਟੈਕ ਟਰੱਕ ਵਾਲੇ ਸਾਡੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਹ ਵੇਖਦੇ ਵੀ ਹੀਰਾ ਬੱਟ, ਪਰ ਦੂਜੇ ਪਾਸੇ ਨੌਜਵਾਨ ਕਹਿੰਦੇ ਗੋਲਾ ਸੰਧਵਾਂ ਵਾਲਾ ਇਸ ਵੇਲੇ ਟਰਾਈ ਕਰਦਾ ਹੋਇਆ ਮੁਕਾਬਲਾ ਡੀ ਦੇ ਦਰਮਿਆਨ। ਪਰ ਹੀਰਾ ਇਹਨੂੰ ਕਹਿੰਦੇ ਆ ਬਹਾਰੋ ਫੂਲ ਵਰਸਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਨਵਾਬ ਆਇਆ ਹੈ। ਸਾਜੀ ਰਵੀ ਸ਼ੇਰਗਿੱਲ, ਹੈਰੀ ਮੁੰਡੇਰ ਤੇ ਹਰਮਨ ਕਾਲੜਾ ਵੱਲੋਂ $100 ਸ਼ੰਕਰ ਦੇ ਲਈ ਪੁੱਜ ਗਿਆ। ਲਓ ਹੀਰਾ ਬੱਟ ਡਾਇਮੰਡ ਆਫ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਸਮੇਂ। ਵਾਹ, ਉਧਰੋਂ ਜੱਗਾ ਜੱਗਾ, ਉੱਥੋਂ ਨੌਜਵਾਨਾਂ, ਪਰ ਹੀਰਾ ਬੱਟ ਇਹ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ, ਇੱਕ ਅੰਕ ਦਾ ਇੱਕ ਇੱਕ। 2017 ਦੇ ਵਿੱਚ ਟਰਾਂਟੋ ਦੇ ਡੀਸੀ ਦੀਆਂ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਪਾਈਆਂ ਨਾ, ਤੇ ਲੋਕਾਂ ਦੇ ਕਹਿੰਦੇ ਦਿਲ ਜਿੱਤੇ ਆ, ਫਿਰ ਫਿੱਟ ਹੋ ਗਿਆ, ਫਿਰ ਕਹਿੰਦੇ ਗੱਲਾਂ ਕਰਵਾ ਦਿੱਤੀਆਂ ਵੀ ਹੀਰਾ ਬੱਟ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚੌਂ ਜਾਫੀਆਂ ਦੇ ਵਿੱਚੋਂ ਦੇਖੀਏ ਕਿਹੜਾ ਖਿਡਾਰੀ ਨੌਜਵਾਨ ਕੌਣ, ਹੀਰਾ ਬੱਟ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ। ਉਹਦੇ ਇਲਾਕੇ ਦਾ ਬੜਾ ਮਸ਼ਹੂਰ ਖਿਡਾਰੀ ਹੋਇਆ, ਸੋ ਫਕਰਾਂ ਦੀ ਧਰਤੀ ਹੈ ਇਧਰਲੇ ਪਾਸੇ। ਹੁਣ ਪਤਾ ਲੱਗੂਗਾ ਵੀ ਇਹਦੇ ਵਾਂਗੂ ਰਿਆਜ਼ ਮਿਆਣਾ ਪਾਕਿਸਤਾਨ ਦਾ ਫਖਰੇ ਕੌਮ ਕਿੱਡਾ ਖਿਡਾਰੀ ਰਿਹਾ। ਔਰ ਉਸੇ ਦਾ ਸਦੀਕਾ ਚੌਧਰੀ, ਉੱਥੇ ਦਾ ਚਿਰਾਗ ਤੇਲੀ, ਉੱਥੋਂ ਦਾ ਬਾਊ ਰਸ਼ੀਦ ਅਲੀ ਗੋਲ ਸਾਹਿਬ, ਕਿਆ ਬਾਤ ਹੈ। ਆਹ ਨਹਿਰੀ ਸਾਹ ਭੁੱਲਦਿਆਂ ਬਈ ਬੂਟਿਆ ਜਿਹੜਾ ਮੈਦਾਨ ਦੇ ਵਿੱਚ ਵਧਾ ਹੋਇਆ ਕਬੱਡੀ ਖਿਡਾਰੀ ਇਸ਼ਤਿਆਕ ਰਹਿਮਾਨ ਨਾਮ ਹੈ ਇਸ ਕਬੱਡੀ ਖਿਡਾਰੀ ਦਾ। ਮੈਦਾਨ ਦੇ ਵਿੱਚ ਰੇਡ ਪਈ ਹੋਈ, ਵੱਖਰੇ ਅੰਦਾਜ਼ ਦੇ ਨਾਲ ਅੱਗੇ ਵੱਧ ਕੇ ਕੀਤਾ ਹਮਲਾ ਇਸ ਨੌਜਵਾਨ ਦਾ। ਕੌਣ ਦੇਖਦੇ ਵੀ ਟੱਕਰਨ ਦੀ ਕੋਸ਼ਿਸ਼ ਕਰਦਾ, ਲਾਓ ਕਮਾਲ ਕਰਦਾ ਹੋਇਆ ਮਨੀ ਮਨੀ ਹੈ ਮੱਲੀਆਂ ਵਾਲਾ ਮਨੀ ਨਕੋਦਰ ਹੀ ਆ ਕਿ ਤੇਰਾ ਨਕੋਦਰ ਸ਼ਹਿਰ ਮਹਾਨ ਕੁੜੇ ਦੁਆਬੇ ਦੀ ਚੌੜੀ ਛਾਤੀ ਹੈ, ਕਲਾੜੀ ਦੇ ਬੇਲਣਾ ਵਰਗੇ ਪੱਟ ਹੈ, ਕਿ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ, ਕਿ ਜੂਝ ਜੂਝ ਕੇ ਹੁੰਦਿਆਂ ਦਾ ਟੱਚ ਕਰਦੇ ਬਾਡਰ ਨੇ, ਕਿ ਦੇਵੀ ਦਿਆਲ ਪ੍ਰੀਤਾ ਘੁੱਗਾ ਸ਼ੰਕਰ ਪਿੰਡਦਾ ਸੀ, ਕਿ ਬੋਲਾ ਤੋਖੀ ਦੇ ਵੱਟਾ ਵੀ ਪੂਰੀ ਹਿੰਦਾ ਸੀ। ਆਏ ਨੌਜਵਾਨ ਅਰਸ਼ ਮਹਿਤੋ ਤੇ ਨੌਜਵਾਨ ਹੀਰਾ ਜੱਟ, ਲੈਂਦੇ ਪੰਜਾਬ ਦਾ ਰੇਡ ਪੌੜੀ ਮੈਦਾਨ ਦੇ ਵਿੱਚ ਤਿਆਰ ਹੈ। ਮੁੰਡੇ ਦੀ ਗੱਜ ਚੌੜੀ ਛੱਤੀ ਹੈ, ਆਹ ਖਿਲਾੜੀ ਦੇ ਬੇਲਣੇ ਵਰਗੇ ਪੱਟ ਹੈ, ਦੁਨੀਆਂ ਦੇ ਵਿੱਚ ਚਰਚੇ ਇਸ ਖਿਡਾਰੀ ਦੇ, ਆਹ ਦੁਨੀਆਂ ਦੇ ਵਿੱਚ ਨਾਮ ਹੈ, ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਹੈ। ਪਰ ਮੱਲੀਆਂ ਵਾਲਾ ਮਨੀ ਆਹ ਫੜ ਕੇ ਗੁੱਟ ਮਾਰਦਾ ਹੋਇਆ ਕੈਂਚੀ, ਪਰ ਹੀਰਾ ਪੰਜਾਬ ਦਾ ਨੌਜਵਾਨ ਭਰਮਾ ਜਾਂ ਜੁੱਸਾ ਹੈ, ਐਨ ਵੱਡਾ ਜ਼ੋਰ ਹੈ, ਵੱਡੀ ਜਾਨ ਇਸ ਨੌਜਵਾਨ ਦੇ ਸਰੀਰ ਦੇ ਵਿੱਚ। ਹੀਰਾ ਬੱਟ ਐਸ ਪੀ ਰੇਡ ਪੌੜੀ ਮੈਦਾਨ ਦੇ ਵਿੱਚ ਤਿਆਰ ਹੈ। ਚਾਰ ਜਾਫੀ ਸਾਹਮਣੇ ਗੁਰਮਤ ਗੋਖੇ ਅਟਵਾਲ ਦੇ ਚਾਰ ਜਿਹੜੇ ਨੌਜਵਾਨ ਇਹਨ ਤਿਆਰੀ ਦੇ ਵਿੱਚ ਹੈ। ਆਹ ਚਾਹੁਣ ਦੇ ਵਿੱਚ ਵੇਖਦੇ ਵੀ ਕਿਹੜਾ ਖਿਡਾਰੀ ਜਾਂ ਤਾਂ ਸਰਪੰਚ ਇੱਕ ਜ਼ੋਰ ਦੇ ਨਾਲ ਰੋਕਣ ਸਪੈਸ਼ਲ ਦੀ ਟੀਮ ਦਾ ਇਹ ਹੋਰ ਹਰਤਾ ਵੀ ਕਿ ਪੱਟਾਂ ਦੇ ਨਾਲ ਪੱਟ ਨੇ ਖੇਂਦੇ ਡੋਰਿਆਂ ਨੂੰ ਇਹਦੇ ਹੱਥ ਨਾ ਪੈਂਦੇ। ਇਹ ਕਿਹੜੇ ਪਿੰਡ ਦਾ ਗੱਭਰੂ, ਲੋਕੀ ਉਂਗਲਾ ਕਰ ਕਰ ਪੁੱਛਦੇ ਆ, ਪਰ ਹੁਣ ਕੌਣ ਪੁੱਛਦਾ ਹੈ, ਹੁਣ ਫੜਿਆ ਹੋਇਆ ਬੱਟ ਉੱਠ, ਉਹ ਜਵਾਨਾ ਵੇਖ ਵੀ ਹੀਰਾ ਬੱਟ